ਗੁੜਕਾ ਮਾੜਾ ਮੂਹਰੇ ਕਰਨ ਵਾਲਾ ਸੀ। ਬਸ ਲੈ ਇੱਧਰ ਲਈ ਪਾ ਲਈਏ ਦੂਆ ਚੱਪੂ ਵਾਲੇ ਨਾਲ ਢਿੱਲੇ ਕਰਕੇ ਆਹ ਨਾਲ ਢਿੱਲੇ ਕਰਕੇ ਫੇਰ ਹੋਊਗੀ ਇਹ ਸੈਂਟਰ 'ਚ ਨਹੀਂ ਹੁੱਕਾਂ ਵੀ ਕਰਦੀ ਹੈ ਉਹ ਵੀ ਬੈਂਡ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਬਾਈ ਆਪਣੇ ਕੋਲ ਮੱਕੀ ਵਾਲੀ ਮਸ਼ੀਨ ਆਈ ਵੀ ਆ ਮੱਕੀ ਵਾਸਤੇ ਨਾ ਆਪਾਂ ਹੁਣ ਮਸ਼ੀਨ ਤਿਆਰ ਕਰਦੇ ਹਾਂ ਉਹਦਾ ਬਾਸਕਟ ਝਾੜਨੇ ਵਗੈਰਾ ਬਦਲਦੇ ਹਾਂ ਅਤੇ ਆਪਣਾ ਇੱਧਰ ਕੰਬਾਈਨਾਂ ਸੀਜ਼ਨ ਖਤਮ ਹੋ ਗਿਆ ਸੀ ਅਤੇ ਸਾਫ਼ ਸੂਫ ਕਰਕੇ ਆਪਾਂ ਨੇ ਸਾਈਡ ਥੱਲੇ ਲਾਤੀਆਂ ਅਤੇ ਬਾਈ ਆਪਾਂ ਲੱਗੇ ਹਾਂ ਮੱਕੀ ਵਾਸਤੇ ਮਸ਼ੀਨ ਤਿਆਰ ਕਰਨ। ਅਤੇ ਇੱਧਰ ਲੱਗਿਆ ਵਾ ਗੋਗਨਾ ਬਾਸਕਟ ਦੇ ਗੋਗਨਾ ਇੱਕ ਥੱਲੇ ਦੀ ਫੜ ਲਿਓ ਹਾਂ ਕੱਲੀ ਬਾਸਕਟ ਤਾਰਾਂ ਦੀ ਮਰੋੜੀ ਜੀ ਮਾਰ ਕੇ ਨਾਲੇ ਐਂ ਘੁਮਾ ਕੇ ਨਾਲੇ ਵਿੱਚੇ ਕੱਢ ਲੈਂਦੇ ਚੈਂਬਰ ਕੱਢਤਾ ਸੀ ਆਪਾਂ ਨੇ ਕਟਰ ਦੇ ਵਿੱਚ ਖੋਲਦੀ ਹੈ ਬਾਈ ਬਾਸਕਟ ਹੁਣ ਖੁੱਲੀ ਕੱਢ ਕੇ ਮੱਕੀ ਵਾਸਤੇ ਝਾਰਨੇ ਆਪਾਂ ਨੇ ਆਹ ਬਣਾਏ ਹੋਏ ਨੇ ਪੰਜ ਸੂਤ ਗਲੀ ਦਾ ਹੈ ਝਾਰਨਾ ਦੂਜਾ ਛੋਟਾ ਵੀ ਸੀਪਾਂ ਕੱਢਤੀਆਂ ਸੀ ਆਪਾਂ ਨੇ ਮਸ਼ੀਨ ਤਿਆਰ ਕਰਨ ਲੱਗੇ ਸੀ ਬਾਈ ਇੱਧਰ ਬਲਦੇਵ ਆ ਗਿਆ ਬਲਦੇਵ ਵੀ ਲਾਇਆ ਸੀ ਕਿਉਂ ਬਲਦੇਵ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਵੀਰੇ ਠੀਕ ਠਾਕ ਜੀ ਵਧੀਆ ਹਾਂ ਬਹੁਤ ਵਧੀਆ ਜੀ ਬਾਈ ਜੀ ਸਾਰੇ ਤੁਹਾਨੂੰ ਪਤਾ ਹੀ ਆ ਹੁਣ ਚੱਲ ਸੀਜ਼ਨ ਸਭ ਦਾ ਮਾਰ ਆਦਾ ਜਿਵੇਂ ਕਹਿੰਦੇ ਹੁੰਦੇ ਨੇ ਸਿਆਣੇ ਵੀ ਚਲੋ ਕਦੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਦੇ 20-50 ਕਿੱਲੇ ਵੱਧ ਕਦੇ ਘੱਟ ਸੁੱਖ ਸ਼ਾਂਤੀ ਨਾਲ ਸਾਰੇ ਜਿਹੜਾ ਕੰਮ ਹੋ ਗਿਆ ਸੁੱਖ ਸ਼ਾਂਤੀ ਨਾਲ ਵਧੀਆ ਹੋਵੇ ਤਾਂ ਮਸ਼ੀਨਾਂ ਵੀ ਅਤੇ ਬੰਦੇ ਵੀ ਸਾਰੇ ਸਹੀ ਸਲਾਮਤ ਵਧੀਆ ਜਿਹਾ ਲੱਗਦੇ ਘਰੇ ਆਉਣ ਅਤੇ ਬਾਈ ਆ ਹੁਣ ਤੁਸੀਂ ਦੇਖ ਕੇ ਰਹੋ ਨਿਊ ਗੁਰਦੀਪ ਕੰਬਾਈਨ ਮੱਕੀ ਵਾਲਾ ਕੱਟ ਲੱਗੇ ਪਿਆ ਬਾਈ ਤਿਆਰ ਕਰਨ ਚੱਲ ਹੁਣ ਕਈ ਲੱਗਦਾ ਵੀ ਆ ਮੁੰਡਿਆਂ ਨੂੰ ਵਿੱਚ ਕਹਿੰਦੇ ਯਾਰ ਥੋੜ੍ਹੀ ਜਿਹੀ ਧੁੱਪ ਜੀ ਆ ਮਹਾਂ ਚੱਲ ਪੱਖੇ ਹੋਰ ਨੇੜੇ ਨੂੰ ਕਰ ਲੈਂਦੇ ਹਾਂ ਹਾਂ ਕਰਦੇ ਹਾਂ ਵੀਰੇ ਫਿਰ ਆਪਾਂ ਵੀ ਹੁਣ ਰਿਪੇਅਰ ਸ਼ੁਰੂ ਕੰਮ ਕਰਨ ਲੱਗੇ ਹਾਂ ਅਤੇ ਬਹੁਤ ਹੀ ਵਧੀਆ ਮਸ਼ੀਨ ਆ ਦੇਖੋ ਆ ਮੱਕੀ ਵਾਲਾ ਕੱਟ ਰਿਹਾ ਹੁਣ ਇਹ ਪਾ ਕੇ ਬਾਈਆਂ ਨੇ ਪਹਿਲਾਂ ਪਾ ਦੇਣੀਆਂ ਨੇ ਵੀਰੇ ਕੀ ਆਊਗੀ ਝੂਠ ਬੋਲ ਕੇ ਆਪਾਂ ਨੇ ਲੈਣਾ ਕੀ ਝੂਠ ਬੋਲਣ ਵਾਲੇ ਬੰਦੇ ਦੇ ਮੈਂ ਲਵੇ ਵੀ ਨੀ ਖੜਦਾ ਝੂਠ ਵਾਲੇ ਦੀ ਕੋਈ ਗੱਲ ਨੀ ਹੈਗੀ ਆਪਦੀ ਮਿਹਨਤ ਕਰੀ ਆ 370 ਕਿੱਲੇ ਵੱਡੇ ਨੇ ਵੀਰੇ
ਬਾਕੀ ਕੋਈ ਪੂਰੇ ਇਮਾਨਦਾਰੀ ਨਾਲ, ਬਾਕੀ ਤੇ ਕੋਈ ਚਾਹੇ 500 ਕਹੇ, ਕੋਈ 300 ਕਹੇ, ਕੋਈ 150 ਕਹੇ, ਉਹ ਗੱਲਾਂ ਨਹੀਂ ਆਪਾਂ ਕਰਦੇ। ਪਰ ਵੀਰ ਮੇਰੇ ਜਿਹੜੇ ਨਵੇਂ ਇਹ ਕੰਮ ਦੇ ਵਿੱਚ ਪਏ ਪਏ ਨੇ, ਥੋੜ੍ਹਾ ਜਿਹਾ ਹਿਸਾਬ ਕਿਤਾਬ ਨਹੀਂ ਲਾਉਂਦੇ। ਮਸ਼ੀਨਾਂ ਸਾਰੀ ਕਿਤੇ ਸਾਰੇ ਇਹੀ ਹਾਲ ਹੁੰਦਾ, ਮਸ਼ੀਨਾਂ ਆਉਂਦੀਆਂ ਨੇ, ਸਾਰਿਆਂ ਨੇ ਆਪਦਾ ਕੰਮ ਕਰਨਾ। ਅਤੇ ਬਾਈ ਵਿੱਚ ਵਿਚਾਰਿਆਂ ਨੂੰ ਪਤਾ ਨਹੀਂ ਹੈਗਾ, ਉਹ ਕਹਿੰਦੇ ਬਾਈ ਵੱਢਣਾ ਜ਼ਰੂਰ ਅਸੀਂ ਨੇ ਇਹ ਏਰੀਆ 20 ਕਿੱਲੇ ਨੇ ਜਿਹੜੇ, ਪਰ ਚਾਹੇ ਘੱਟ ਰੇਟ ਨੂੰ ਵੱਢਣੇ ਪੈਣ। ਉਹ ਵਿਚਾਰੇ ਫਿਰ ਵੱਢ ਲੈਂਦੇ ਨੇ, ਉਹਨੂੰ ਫਿਰ ਹਿਸਾਬ ਕਿਤਾਬ ਜਾਂ ਕੋਈ ਲੱਗਦਾ ਨਹੀਂ ਹੈਗਾ। ਬਾਅਦ 'ਚੋਂ ਡੈਰੀ ਦੱਸਦੀ ਆ ਹਿਸਾਬ ਲਾਉਣਾ, ਜ਼ਿਆਦਾ ਆਪਾਂ ਹਰੇਕ ਗੱਲ ਹਿਸਾਬ ਕਿਤਾਬ ਦੀ ਆ ਕੇ ਮੁੱਕਦੀ ਆ, ਠੀਕ ਆ। ਜ਼ਿਆਦਾ ਆਪਾਂ ਨੂੰ ਕੋਈ ਕੰਮ ਦੇ ਵਿੱਚ ਬਚਤ ਨਾ ਹੋਵੇ, ਫਿਰ ਉਹਦਾ ਕੋਈ ਫਾਇਦਾ ਨਹੀਂ। ਕੰਮ ਕਰੋ ਸਾਰੇ ਵੀਰ ਮਸ਼ੀਨਾਂ ਵਾਲੇ, ਪਰ ਥੋੜ੍ਹਾ ਜਿਹਾ ਦੇਖੋ, ਧਿਆਨ ਨਾਲ ਕਰੋ ਕੰਮ। ਵੱਢਣਾ ਵੀ ਆ ਸਭ ਨੇ, ਦੇਖ ਕੇ ਇਹੀ ਚੀਜ਼ ਸੀਜ਼ਨ ਆਪਣਾ ਇਹੀ ਰੁਜ਼ਗਾਰ ਆ, ਪਰ ਆਹ ਨਹੀਂ ਮਤਲਬ ਹੈਗਾ ਵੀ ਆਪਾਂ ਉਈ ਜਿਵੇਂ ਹਾਂ ਉਹ ਕਰਕੇ ਵੀ ਉਹਦਾ ਕੋਈ ਫਾਇਦਾ ਨਹੀਂ ਹੈਗਾ। ਘੱਟ ਰੇਟ 'ਤੇ ਨੀ ਫਿਰ 12 ਨਹੀਂ ਖਾਂਦਾ ਵੀਰੇ, ਕਿੰਨੀ ਸਾਰੀ ਡੀਜ਼ਲ, ਸਾਰੀ ਬੈਲਟ, ਕਿੰਨੀ ਮਸ਼ੀਨ, ਸਾਰਾ ਕੁਛ ਕਿੰਨਾ ਮਹਿੰਗਾ। ਪਰ ਕੁਛ ਰੇਟ ਮਿਲੇ ਤਾਂ ਆਪਣਾ ਇਹ ਰੁਜ਼ਗਾਰ ਚੱਲਦਾ ਰਹੂਗਾ, ਨਹੀਂ ਫਿਰ ਹੁਣ ਸਾਰੇ ਆਪਾਂ ਹਾਲ ਦੇਖਦੀ ਆ। ਜੇ ਘੱਟ ਤੇ ਕਰਦੇ ਰਹੇ ਤਾਂ ਘੱਟ ਘੱਟ ਕਰਦੇ ਕਰਦੇ ਇੱਕ ਦਿਨ ਆਪਾਂ ਨੂੰ ਘਾਟਾ ਪੈ ਜਾਣਾ, ਜ਼ੀਰੋ ਹੋ ਜਾਣਾ, ਫਿਰ ਤੁਸੀਂ ਉਹ ਗੱਲ ਬਣਦੀ। ਮੈਨੂੰ ਤੇ ਬਾਸਕਟ ਬਾਈ ਆਪਾਂ ਨੇ ਇੱਕ ਨੇ ਬਸ ਥੱਲੇ ਦੀ ਕੱਢ ਲੈਣੀ, ਥ੍ਰੈਸ਼ਰ ਨਹੀਂ ਕੱਢਣਾ, ਜਾਲ ਖੋਲਣਾ ਪਊਗਾ। ਹਾਂ ਜਾਂ ਤੰਗੜੀ ਖੋਲ ਲਾ ਨਾ ਬੱਚੋ, ਇੱਥੇ ਦੀ ਹੱਥ ਪਾ ਕੇ ਖੁੱਲ ਜਾਣੀ ਲੱਗੇ ਪਏ। ਬਲਦੇਵ ਸੁਣਾ ਕੋਈ ਗੱਲਬਾਤ, ਫਿਰ ਸੀਜ਼ਨ ਲਾ ਕੇ ਆਇਆ ਤੂੰ ਐਤਕੀ, ਵਧੀਆ ਸੀਜ਼ਨ ਉਹ ਐਤਕੀ ਦਾ ਬਲਦੇਵ ਯਾਰ, ਮਨ ਜਾ ਦੁਖੀ ਹੋ ਗਿਆ? ਮਨ ਤਾਂ ਦੁਖੀ ਚੱਲ ਹੋ ਜਾਂਦੇ ਨੇ, ਚੱਲ ਆਏ ਸੀਜ਼ਨ ਫੇਰ ਇਹ ਤਾਂ ਚੱਲਦੀ ਰਹਿੰਦੇ ਨੇ ਕੰਮ। ਆਹੋ ਇਹ ਤਾਂ ਗੱਲ ਹੈ, ਹਾਂ ਇਹ ਤਾਂ ਹੁਣ ਕਦੇ ਕਈ ਵਾਰੀ ਆਪਾਂ ਸੋਚਦੇ ਹੁੰਦੇ ਵੀ ਯਾਰ ਥੋੜ੍ਹਾ ਜਿਹਾ ਸੀਜ਼ਨ ਕਿਵੇਂ ਡਾਊਨ ਜਿਹਾ ਲੱਗਿਆ, ਕਈ ਵਾਰੀ ਕੁਦਰਤੀ 3 ਦਿਨ 4 ਦਿਨ ਇਹੋ ਜਿਹੇ ਲੱਗ ਜਾਂਦੇ ਨੇ, ਬਾਅਦ ਚੋਂ ਬਾਰੇ ਨਿਆਰੇ ਬਾਰੇ ਨਿਆਰੇ ਕਰ ਦਿੰਦੇ ਨੇ ਸਾਰੇ, ਬੰਦਾ ਟਿਕ ਗਿਆ। ਹਾਂ ਉਹ ਵੀ ਵਧੀਆ ਚੱਲ ਲੱਗ ਜਾਂਦਾ ਸੀਜ਼ਨ, ਭੱਜੂ ਭੱਜੂ ਕਰਦਾ ਉਹ ਫਿਰ ਜਾਂਦਾ। ਹਾਂ ਕੰਮ ਤਾਂ ਸਹੀ ਟਿਕਾਣੇ ਤੇ ਜਾ ਕੇ ਬਣਾਉਣੀ ਬਹੁਤ ਔਖੀ ਆ, ਟਿਕਾਣੇ ਤੇ ਖੜ ਕੇ ਆਪਣਾ ਜਿਹੜਾ ਕੋਈ ਏਰੀਆ ਉੱਥੇ ਕੰਮ ਚੱਲਦਾ। ਮੱਕੀ ਵਾਲੀ ਬਾਸਕਟ ਪਾਤੀ ਬਾਈ ਆਪਾਂ ਨੇ, ਝੋਕੀ ਤਾਂ ਆ ਰਹੀ ਆ। ਇਹ ਦੂਜੀ ਆਪਣੀ ਕਣਕ ਵਾਲੀ ਬਾਸਕਟ ਨਾਲ ਨਾ ਥੋੜ੍ਹੀ ਤਾਰ ਬਿਲਦੀ ਹੁੰਦੀ ਹੈ ਵਿਚਾਲੇ ਜ਼ਿਆਦਾ, ਕਿਉਂ ਮੱਕੀ ਦਾ ਦਾਣਾ ਬੜਾ ਹੁੰਦਾ ਨਾ, ਸਿੱਧੀ ਹੁੰਦੀ ਹੈ ਥੋੜ੍ਹੀ, ਤਾਰ ਵੀ ਮੋਟੀ ਹੁੰਦੀ ਹੈ ਇਹਦੀ, ਅਤੇ ਆਪਾਂ ਫਿਰ ਬਾਅਦ 'ਚੋਂ ਕਰਦੇ ਹਾਂ ਇਹਦੀ ਸੈਟਿੰਗ। ਆਪਾਂ ਖੋਲ੍ਹ ਲਈਏ, ਦੇਖੋ ਬਾਈ ਕੀ ਬਣੇ, ਦੇਖੋ ਕਿੰਨੀ ਬਲ ਪੈ ਗਿਆ ਇਹ 'ਚ। ਸਾਹਮਣੇ ਥੋੜ੍ਹੀ ਚੱਦਰ ਹਲਕੀ ਲੱਗੀ ਹੋਈ ਹੈ, 12 ਗੇਜ ਦੀ ਨਹੀਂ, ਹੋਰ ਥੋੜ੍ਹਾ ਜਿਹਾ ਹੈਵੀ 'ਚ ਹੋਵੇ ਨਾ, ਜਿਵੇਂ 12 ਗੇਜ ਦੀ ਹੋਵੇ, 10 ਗੇਜ ਦੀ ਹੋਵੇ, ਫਿਰ ਨਹੀਂ ਬਲ ਪੈਂਦਾ। ਅਤੇ ਇੱਧਰ ਆਪਾਂ ਨੇ ਬਾਈ ਹੁੱਕਾਂ ਲਾਤੀਆਂ ਇਹਦੇ ਟਰਾਲੇ ਦੇ ਕਟਰ ਦੇ, ਇਹਦੇ ਹੁੱਕਾਂ ਨਹੀਂ ਲੱਗੀਆਂ ਹੋਈਆਂ ਸੀ ਪਹਿਲਾਂ, ਹੁਣ ਲਾਈਆਂ ਆਪਾਂ ਨੇ। ਬਸ ਕਰਦੀ ਹੈ ਮੱਕੀ ਨੂੰ ਤਿਆਰ ਆਪਾਂ ਮਸ਼ੀਨ, ਦੇਖੋ ਦੋਨੋਂ ਸਾਈਡ ਲਾਈਆਂ ਨੇ। ਇਹ ਹੁਣ ਨਟਾਂ ਨਾਲ ਫਿਰ ਤੁਹਾਨੂੰ ਪਤਾ ਹੀ ਆ, ਚੂੜੀਆਂ ਖਰਾਬ ਹੋ ਜਾਂਦੀਆਂ ਨਟਾਂ ਦੀਆਂ, ਖੋਲ੍ਹਣੇ ਔਖੇ ਰਹਿੰਦੇ ਨੇ, ਜਦ ਨੂੰ ਬੰਦਾ ਹੁੱਕ ਖੋਲ੍ਹਦਾ ਮਿੰਟ ਲੱਗਦਾ ਹੈ ਕਟਰ ਪਾਉਣ ਨੂੰ, ਨਹੀਂ ਚਾਬੀਆਂ ਚੱਕੀ ਫਿਰੀ ਜਾਂਦਾ ਬੰਦਾ, ਨਟ ਕਸੇ ਵੀ ਹੁੰਦੇ ਨੇ। ਅਤੇ ਆਪਾਂ ਵੀ ਆਪਣੀ ਮਸ਼ੀਨ ਇੱਕ ਕਰਦੇ ਹਾਂ ਮੱਕੀ ਵਾਸਤੇ ਤਿਆਰ, ਕਟਰ ਨੂੰ ਰਹਿ ਗਿਆ ਬਸ ਗਰੀਸ ਪਾਣੀ ਕਰਨ ਨੂੰ। ਕਰੀਏ ਪਹਿਲਾਂ ਹੁਣ ਖੁੱਲ੍ਹੀ ਸਿੱਧੀ ਕਰਦੇ ਹਾਂ ਨਾ, ਘਣ ਲੈ ਕੇ ਆਉਣਾ ਪਊ ਅੰਦਰ, ਦੇ ਘਣ ਲੈ ਘਣ ਫਿਰ ਸਿੱਧੀ ਹੋਊ।
ਬਾਸਕਟ ਕਰਦੀ ਹੈ ਬਾਈ ਸੈੱਟ, ਇਹ ਵੀ ਬਸ ਆਪਾਂ ਹੁਣ ਕਣਕ ਦੀ ਸੈਟਿੰਗ ਕਰਦੇ ਹਾਂ, ਬਸ ਉਵੇਂ ਹੀ ਇਹਦੀ ਮੱਕੀ ਦੀ ਕਰਦੇ। ਉੱਧਰੋਂ ਉਵੇਂ ਬਸ ਜਿੰਨਾ ਕੁ ਉੱਧਰੋਂ ਕਰ ਲਈ ਉਨੀ ਕੁ ਕਰ ਲਈ। ਦੋਨੇ ਪਾਸੇ ਬਰਾਬਰ ਹੀ ਰੱਖ ਦਿੰਦੇ ਆਪਾਂ। ਇਹਦੇ ਥਰੈਸਰ ਦੇ ਬਾਈ ਘਰ ਵੀ ਬੰਦ ਕਰਨੇ ਹੁੰਦੇ ਨੇ, ਇਹਦੇ ਬਾਅਦ 'ਚੋਂ ਲਾਉਂਦੇ ਆਪਾਂ ਪਲੇਟਾਂ, ਪਹਿਲਾਂ ਬਾਸਕਟ ਸੈਟਿੰਗ ਕਰਕੇ ਫਿਰ ਇੱਥੋਂ ਨਾ ਬੰਦ ਹੋ ਜਾਂਦੇ, ਇਹਦੇ ਵਿੱਚ ਦੀ ਛੱਲੀ ਲੰਘਦੀ ਫਿਰ ਹੋ ਗਈ। ਥੋੜ੍ਹੀ ਹੋਰ ਕਰਨ ਵਾਲੀ ਹੈ, ਤਾਰ ਪਾ ਕੇ ਦੇਖੀ ਹਾਂ ਮਾੜੇ ਨਟ ਵੀ ਟਾਈਟ ਕਰਨ ਵਾਲੇ ਨੇ। ਇੱਕ ਮਿੰਟ ਰੁਕੀ ਮੈਂ ਦੇਖਾਂ। ਹਾਂ ਮਾੜੇ ਯਾਰ ਨਟ ਟਾਈਟ ਕਰ ਦਿੰਦਾ ਫਿਰ ਹਿੱਲੂ, ਬਾਅਦ 'ਚੋਂ ਪੱਕਾ ਕਰ ਦਾਂਗੇ ਇਹਨੂੰ। ਹੈ ਇੱਥੇ ਹੁਣ ਬਰਾਬਰ ਆ ਦੋਵੇਂ ਦੋਨੇ ਪਾਸੋਂ। ਹਾਂ ਆਹ ਨਟ ਕੱਸ ਕੇ ਨਾ ਫਿਰ ਇਹਨੂੰ ਪੱਕਾ ਕਰ ਦਿੰਦੇ ਹਾਂ ਬਸ। ਉਲੀ ਦਾ ਹੋ ਗਿਆ ਕੰਮ ਬਾਈ, ਇਹਦੇ ਲਾਤੀ ਆਪਾਂ ਨੇ ਪੱਤੀ ਮੂਹਰੇ ਇੱਕ ਇੰਚੀ 300 ਦਾ, ਇੱਕ ਇੱਥੋਂ ਪੱਤੀ ਲਾ ਦਿੱਤੀ ਸਪੋਰਟ ਹੋ ਗਈ ਇਹਨੂੰ ਹੁਣ ਮੂਹਰੇ ਜਾਇਆ। ਕੋਈ ਨਹੀਂ ਅਸੀਂ ਕਰਦੇ ਹਾਂ ਸੈੱਟ, ਮੈਂ ਕਰਾ ਦਿੰਦਾ ਕੋਈ ਨਹੀਂ। ਮੱਕੀ 'ਚ ਚੱਲਣੀ ਤਾਂ ਆਪਣੇ ਇਹ ਡਾਊਨ ਹੀ ਹੁੰਦੀ ਆ ਕਿਉਂ ਗੁੱਲਾ ਜ਼ਿਆਦਾ ਮੋਟਾ ਹੁੰਦਾ ਨਾ, ਫਿਰ ਵੀ ਇਹ ਸੈਟਿੰਗ ਕਰਨੀ ਹੈ ਜਦੋਂ ਆਪਾਂ ਨੇ ਬਿਲਕੁਲ ਨਾਲ ਹੀ ਬਸ ਕਹਿੰਦੀ ਰੱਖ ਦੇਵੇ ਉੱਪਰੋਂ ਥੱਲੇ ਚੜ੍ਹ ਦੇਵੇ ਬਾਸਕਟ ਨਟ ਤੋਂ, ਜਿਹੜਾ ਆਪਣਾ ਲੀਵਰ ਲੱਗਿਆ ਹੁੰਦਾ ਉੱਪਰ ਐਡਜਸਟਮੈਂਟ ਵਾਲਾ। ਪਾਵਾਂ ਚਾਬੀ ਲੈਦਰ ਦੀ ਪਾਵਾਂ। ਬਾਸਕਟ ਦਾ ਹੋ ਗਿਆ ਬਾਈ ਕੰਮ, ਓਕੇ ਬਰਾਬਰ ਕਰਤੀ ਆਪਾਂ ਨੇ ਅੱਗੇ ਪਿੱਛੇ ਜਿੰਨੀ ਮੂਹਰਲੀ ਸਾਈਡ ਉੰਨੀ ਉਹ ਬੈਕ ਸਾਈਡ ਤੋਂ ਕਰਤੀ।
ਆ ਦੇਖੋ ਇਹਦੇ ਨਾਲ ਪਤਾ ਕੀ ਚੱਕਰ ਹੁੰਦਾ, ਜਿਵੇਂ ਆਪਣਾ ਹੁਣ ਬੈਕ ਸਾਈਡ ਤੋਂ ਆਪਾਂ ਨੇੜੇ ਲਾ ਲੈਂਦੇ ਹਾਂ, ਜਦੋਂ ਫਿਰ ਮਾਲ ਜਾਂਦਾ ਪਿੱਛੇ ਜਾ ਕੇ ਟਾਇਟ ਹੁੰਦਾ, ਫਿਰ ਚੱਕਰ ਟੁੱਟ ਜਾਂਦੇ ਨੇ ਕਈ ਵਾਰ ਥ੍ਰੈਸਰ ਦੇ, ਮਸ਼ੀਨ ਲੋਡ ਜਲ ਮੰਨਣ ਲੱਗ ਜਾਂਦੀ ਆ। ਉਹ ਜਦੋਂ ਆਪਣੀ ਹੁਣ ਇਹ ਬਰਾਬਰ ਹੁੰਦੀ ਆ ਦੋਨੋਂ ਸਾਈਡ, ਫਿਰ ਨਹੀਂ ਬਿਲਕੁਲ ਐਨ ਸੈੱਟ ਚੱਲਦੀ ਆ ਮਸ਼ੀਨ। ਚਾਹੇ ਮੱਕੀ ਕੱਢਣੀ ਆ, ਜੋ ਵੀ ਚੀਰੀ ਵੱਢਣੀ, ਆਪਾਂ ਨੇ ਕਣਕ ਵੱਢਣੀ ਆ, ਬਸ ਬਾਸਕਟ ਨੂੰ ਇੱਥੇ ਬਰਾਬਰ ਰੱਖੇ ਦੋਨੇ ਸਾਈਡਾਂ। ਅਤੇ ਹੁਣ ਪਾਉਂਦੇ ਆਪਾਂ ਖੁਰਲੀ ਲਾ ਕੇ ਚੈਂਬਰ, ਹੁੱਕਾਂ ਵੀ ਕਰਦੀ ਆ ਉਹ ਬੈਂਡ। ਪਹਿਲਾਂ ਮੈਂ ਕਿਹਾ ਚੈਂਬਰੇ ਪਾ ਲਾਂਗੇ ਹੁਣ, ਹੋਰ ਇੱਧਰੋਂ ਕੰਮ ਨਿਬੜੂ। ਫਿਰ ਕਈ ਵਾਰ ਪਤਾ ਕੀ ਹੈ, ਇੱਧਰੋਂ ਆਪਾਂ ਨੂੰ ਜੀਪ ਜੂਪ ਕੱਢਣੀ ਹੈ, ਜੀ ਸਮਾਨ ਕੱਢਣਾ, ਫਿਰ ਔਖਾ ਹੋ ਜਾਂਦਾ। ਉਹ ਕੱਲ੍ਹ ਟਰਾਲੀ ਲੈ ਕੇ ਜਾ ਕੇ ਉਹਨਾਂ ਨੇ ਉਹ ਰੋਟੀਆਂ ਨਹੀਂ ਪਾ ਕੇ ਆਉਂਦੇ ਹੁੰਦੇ ਆਪਣੇ, ਆਹੋ ਫਿਰ ਹੋਰ ਦਵਾਈ। ਪਹਿਲਾਂ ਬੈਲਡਿੰਗ ਦਾ ਕੰਮ ਸੀ, ਇੱਕ ਤਾਂ ਊਂ ਫੇਕ ਮਾਰਦਾ, ਇੱਕ ਬੈਲਡਿੰਗ ਦਾ ਫੇਕ ਮਾਰਦਾ। ਮਾੜੇ ਡੱਬੀ ਹੁਣ ਥੱਲੇ ਟਾਂਕੇ ਲਾ ਤੇ ਆਪਣੇ ਜੀ, ਪਤਾ ਕੀ ਚੱਕਰ ਆ, ਫਿਰੇ ਕਈ ਵਾਰ ਟਰਾਲਾ ਬੜੇ ਪਰੇ ਹੋਵੇ ਵਿੱਚੋਂ ਖੋਲ ਖੋਲ ਕੇ ਲੈ ਜਾਂਦਾ ਹੁਣ, ਲੈ ਜਾਂਦੇ ਨੇ ਹੋਰ ਤਾਂ ਹੁਣ ਇਹ ਖੁੱਲਦੀ ਨੀ ਹੈਗੀ ਚੂੜੀਆਂ ਚ ਟਾਂਕੇ ਲੱਗਦੇ, ਉੱਧਰ ਵੀ ਲਾਉਣ। ਅਰੇ ਬਾਈ ਇੱਥੇ ਆਪਾਂ ਨੇ ਇਹਨਾਂ ਨੂੰ ਟਾਂਕੇ ਲਾ ਤੇ, ਕਈ ਵਾਰ ਐਂ ਖੋਲ ਕੇ ਬੰਦਾ ਵਿੱਚੋਂ ਖੋਲਣ ਨਾ, ਅਰੇ ਇਹਦੇ ਵੀ ਇੱਥੇ ਟਾਂਕੇ ਲਾ ਤੇ, ਹੁਣ ਇਹ ਚੂੜੀ ਖੁੱਲੂਗੀ ਨਹੀਂ। ਚੱਲ ਜੀ ਆਪਾਂ ਹੁਣ ਪਾਈਏ
ਤੇ ਇੱਕ ਉਹ ਕਿਸ਼ਤੀ ਸੈੱਟ ਕਰੀਏ ਨਾ, ਕਿਸ਼ਤੀ ਨਾ ਇਹਦੀ ਥੋੜ੍ਹੀ ਜਿਹੀ ਇੱਕ ਸਾਈਡ ਨੂੰ ਚੱਲਦੀ ਆ, ਆਹ ਸਾਈਡ ਨੂੰ ਦੇਖੋ ਇੱਥੇ ਨਾਲ ਕਹਿੰਦੀ ਆ ਇਹ, ਇੱਧਰ ਫਰਕ ਆ, ਇਹ ਆਪਾਂ ਨੂੰ ਉੱਥੋਂ ਚੱਪੂਆਂ 'ਚੋਂ ਕਰਨੀ ਪੈਣੀ ਆ ਅੱਗੇ ਤੋਂ। ਗੁੱਗ ਨਾ ਕਹਿੰਦਾ ਮੈਂ ਰਾਵੜਾਂ ਖੋਲ੍ਹ ਕੇ ਇੱਧਰ ਨੂੰ ਕਰਤੀ ਦੀ ਇਹ, ਮੈਂ ਰਾਵੜਾਂ 'ਚੋਂ ਨਹੀਂ ਹੁੰਦੀ ਇਹ, ਰਾਵੜਾਂ ਤਾਂ ਜਿੱਥੇ ਤੂੰ ਕਰਦੀ ਵੇ ਸਕੇ ਇਹਨੇ ਜਿੱਥੇ ਚੱਲਣਾ ਉੱਥੇ ਜਾ ਕੇ ਚੱਲਦੀ ਆ, ਜਦ ਤੱਕ ਇਹ ਚੱਪੂਆਂ 'ਚੋਂ ਨਹੀਂ ਉਹ ਉੱਥੋਂ ਹੁੰਦੀ, ਜਦ ਤੱਕ ਨਹੀਂ ਇਹ ਸੈੱਟ ਹੁੰਦੀ। ਹਾਂ ਉਹ ਨਟ ਢਿੱਲੇ ਕਰਕੇ ਫਿਰ ਇਹ ਇੱਧਰ ਨੂੰ ਕਰਕੇ ਫਿਰ ਇਹਨੇ ਉੱਥੇ ਚੱਲੀ ਜਾਣਾ, ਬਸ ਜਿੱਥੋਂ ਉੱਥੋਂ ਲਾਈਨ ਬਣ ਗਈ ਇਹਦੀ, ਬਸ ਫਿਰ ਇਹਨੇ ਉੱਧਰੋਂ ਇਹ ਚੱਲੀ ਜਾਣਾ, ਬੇਸ਼ੱਕ ਜਿੰਨਾ ਮਰਜ਼ੀ ਆਪਾਂ ਇੱਧਰੋਂ ਧੱਕ ਕੇ ਇਹਨੂੰ ਉੱਧਰ ਕਰ ਦੀਏ ਉੱਧਰ ਕਰ ਦੀਏ। ਚੱਲ ਇਹ ਵੀ ਕਰੀਏ ਸੈਟਿੰਗ, ਪਹਿਲਾਂ ਉਹ ਟਾਂਕਾ ਲਾ ਦਈਏ ਇੱਕ ਨਾ ਆਪ ਲੇਡੀ ਦੀ ਵੀ ਲਾ ਦੂੰ, ਉਰੇ ਲਾਉਣ ਵਾਲਾ ਜਿਵੇਂ ਬਾਈ ਹੁਣ ਕਿਸ਼ਤੀ ਆਪਾਂ ਸੈਟਿੰਗ ਕਰਨੀ ਆ, ਉਹ ਦੇਖੋ ਚੱਪੂ ਵਾਲੇ ਨਾਲ ਢਿੱਲੇ ਕਰਕੇ ਆਹ ਨਾਲ ਢਿੱਲੇ ਕਰਕੇ ਫਿਰ ਹੋਊਗੀ ਇਹ ਸੈਂਟਰ 'ਚ, ਨਹੀਂ ਨਹੀਂ ਹੁੰਦੀ ਇਹ, ਕਈ ਵਾਰ ਆਪਾਂ ਧੱਕੇ ਨਾਲ ਕਰ ਦਿੰਦੇ ਹਾਂ ਰਬੜਾਂ ਤੋਂ, ਇਹਨੇ ਫਿਰ ਉੱਥੇ ਚੱਲ ਕੇ ਉੱਥੇ ਆਪਣੀ ਜਗ੍ਹਾ 'ਤੇ ਚਲੀ ਜਾਂਦੀ ਆ। ਹੁਣ ਉਹ ਨਾਲ ਢਿੱਲੇ ਕਰਕੇ ਦੋਨੇ ਸਾਈਡ ਵਾਲੇ ਫਿਰ ਇਹਨੂੰ ਸੈਂਟਰ 'ਚ ਕਰਾਂਗੇ। ਇਹ 'ਚ ਚੱਲ ਪਾਈ ਹੋਈ ਆ ਨਾਟਾਂ 'ਚ ਇੱਥੇ ਇਹ 'ਚ ਕਿਸ਼ਤੀ ਜਾ 'ਚ ਨਾ ਪਾਈ ਵੀ ਨਹੀਂ ਨਾ, ਚੱਲ ਦੇਖ ਲੈਂਦੇ ਮਾੜੀ ਮੋਟੀ ਜੇ ਇੱਕ ਨੇ ਹਿੱਲੀ ਫਿਰ ਨਹੀਂ ਇਹਨੇ, ਹੁਣ ਜੇ ਚੱਲ ਨਹੀਂ ਪਾਈ ਫਿਰ ਤਾਂ ਇੱਥੇ ਚੱਲੂ ਇਹ, ਫਿਰ ਨਹੀਂ ਬਾਹਰ ਕੱਢਣੀ ਪਊ। ਦੇਖਦੇ ਆਪਾਂ ਹੁਣ ਨਾ ਢਿੱਲੇ ਕਰਕੇ ਮਾੜਾ ਮੋਟਾ ਉਹ ਤਾਂ ਹੋਊਗਾ, ਐਂ ਚੱਲ ਤਾਂ ਪਾਈ ਵੀ ਹੋਊ ਯਾਰ, ਇਹ ਤਾਂ ਨਹੀਂ ਹੋ ਸਕਦਾ ਵੀ ਚੱਲ ਨਾ ਪਾਈ ਵੀ ਹੋਵੇ। ਨਾ ਢਿੱਲੇ ਕਰਕੇ ਬਾਈ ਆਹ ਦੇਖੋ ਕਰਤੀ ਸਾਈਡ, ਕਿਸ਼ਤੀ ਕਰਤੀ ਬਰਾਬਰ ਇੱਧਰ ਸਾਈਡ 'ਤੇ ਟੋਕਦਾ ਇਹਦੇ ਵੱਲ, ਅੰਦਰਲੇ ਨੱਟ ਐਡ ਕਰਦੀ ਹੈ ਬਰਾਬਰ ਹੋ ਗਈ ਉੱਧਰ ਉੱਧਰ ਇੱਥੋਂ ਵੀ। ਇਹ ਜਦੋਂ ਵੀ ਆਪਾਂ ਨੇ ਸੈਟਿੰਗ ਕਰਨੀ ਹੈ ਤਾਂ ਉਹ ਅੰਦਰਲੇ ਨੱਟ ਢਿੱਲੇ ਕਰਕੇ ਅਤੇ ਫਿਰ ਆਪਾਂ ਨੇ ਸੈਂਟਰ 'ਚ ਕਰਨੀ ਹੈ, ਜੇ ਆਪਾਂ ਪਿੱਛੋਂ ਮੂਹਰੋਂ ਨੱਟ ਟਾਈਟ ਕਰ ਦਈਏ ਪਿੱਛੋਂ ਕਿਸ਼ਤੀ ਨੂੰ ਸਾਈਡ 'ਤੇ ਹਿਲਾਈਏ ਫਿਰ ਨਹੀਂ ਹੁੰਦੀ ਹੈ, ਫੁੱਲ ਖੇਡੀ ਹੈ ਨੱਟ। ਚੱਲ ਆਪਣਾ ਕੰਮ ਰੇਡੀ ਆ, ਹੁਣ ਪਾਈਏ ਆਪਾਂ ਚੈਂਬਰ। ਇਹੀ ਚੀਜ਼ਾਂ ਦਾ ਬਾਈ ਧਿਆਨ ਰੱਖਣਾ ਹੁੰਦਾ, ਅਤੇ ਮਸ਼ੀਨ ਹੋ ਗਈ ਆਪਣੀ ਓਕੇ, ਬਾਸਕਟ ਦੀ ਵੀ ਬਾਸਕਟ ਵੀ ਕਰਤੀ ਆਪਾਂ ਨੇ ਓਕੇ, ਅਤੇ ਖੋਲ੍ਹੀ ਦਾ ਖੋਲ੍ਹੀ ਖਾਲੀ ਲਾ ਤੀ, ਹੋ ਗਿਆ ਕੰਮ ਰੇਡੀ। ਅਤੇ ਉੱਧਰ ਕਟਰ ਨੂੰ ਕਰਨੀ ਆ ਗਰੀਸ, ਕਟਰ ਦੇ ਜਿਵੇਂ ਸਾਈਡਾਂ ਵਾਲੇ ਬਸ ਉਹ ਆਪਣੇ ਫੌਜ ਮੂਗ ਜਾਂ ਦਰਾਰੀ ਵਾਲੇ ਇਹਨਾਂ ਨੂੰ ਗਰੀਸ ਕਰ ਦੇਣਾ। ਗੇਅਰ ਦਾ ਆਪਾਂ ਨੇ ਤੇਲ ਪਾਣੀ, ਗੇਅਰਾਂ ਦਾ ਤੇਲ ਚੈੱਕ ਕਰ ਲੈਣਾ ਆਪਾਂ ਨੇ ਸਾਰਿਆਂ ਦਾ, ਇਹਨੇ 'ਤੇ 5 ਨੰਬਰ ਪੈਰਿੰਗ ਆਉਂਦੇ ਨੇ, ਇੱਥੇ ਪੈਰਿੰਗਾਂ ਨੂੰ ਗਰੀਸ ਕਰ ਦੇਣੀ ਆ। ਇਹ ਥੱਲੇ ਇਹਦੇ ਆਹ ਰੂਲਿਆਂ ਵਾਲੇ ਜਿੱਥੇ ਆਪਣੇ ਬਲੇਡ ਪਾਏ ਹੋਏ ਨੇ, ਆਹ ਦੇਖੋ ਇੱਥੇ ਗਰੀਸ ਕਰਨੀ ਹੈ। ਆਹ ਸਰਾਕ ਪਾਏ ਹੋਏ ਨੇ ਇਹਨਾਂ 'ਚ, ਵਿੱਚ ਬੈਰਿੰਗ ਨੇ ਇਹਨਾਂ 'ਚ ਵੀ 5 ਨੰਬਰ, ਅਤੇ ਗੇਅਰ ਦੇ ਵਿੱਚ ਤਾਂ ਤੁਹਾਨੂੰ ਪਤਾ
ਤੇਲ ਪਾਇਆ ਜਾਂਦਾ। ਗੀਰਾਂ ਤੇਲ ਚੈੱਕ ਕਰ ਲੈਣਾ ਬਸ, ਹੋਰ ਤਾਂ ਇਹਦੇ 'ਚ ਕੀ ਹੁੰਦਾ ਮੱਕੀ ਵਾਲੇ ਕਟਰ 'ਚ ਜਾਂ ਇਹਨਾਂ ਦੇ ਜਿਹੜੇ ਆ ਬਲੇਡ ਨੇ, ਬਲੇਡ ਦੀ ਐਡਜਸਟਮੈਂਟ ਕਰਨੀ ਪੈਂਦੀ ਆਪਾਂ ਨੂੰ। ਆਹ ਬਲੇਡ ਹੋ ਗਏ ਨਾ, ਇਹਦੇ ਨਾਲ ਬਸ ਆਪਾਂ ਨੂੰ ਬਿਲਕੁਲ ਨਾਲ ਕਹਿੰਦਾ ਰਹਿਣਾ ਚਾਹੀਦਾ, ਇਹ ਥੋੜ੍ਹਾ ਜਿਹਾ ਫਰਕ ਰਹਿਣਾ ਚਾਹੀਦਾ ਇਹ 'ਚ। ਇਹਨੂੰ ਫਿਰ ਆਹ ਨੱਟ ਢਿੱਲੇ ਕਰਕੇ ਜੇ ਆਪਣਾ ਪਿੱਛੇ ਆ ਥੋੜ੍ਹਾ ਜਿਹਾ ਇੱਧਰ ਨੂੰ ਨੇੜੇ ਲਾ ਦਿਓ ਇਹਦੇ ਬਲੇਡ ਦੇ। ਫਿਰ ਇਹ ਮਾਲ ਇਹ ਇੱਧਰਲੇ ਤਾਂ ਲਾਏ ਵੇ ਹੁੰਦੇ ਨੇ ਵੀ ਮਾਲ ਨਾਲ ਨਾਲ ਨਾ ਲਿਪਟੇ ਇਹਦੇ, ਫਿਰ ਇਹ ਮਾਲ ਨੂੰ ਇੱਧਰੋਂ ਕੱਟ ਦਿੰਦਾ। ਅਤੇ ਇਹਨਾਂ ਨੇ ਤੁਹਾਨੂੰ ਪਤਾ ਸੱਲੀ ਦੀ ਕਟਾਈ ਕਰਨ, ਉਹਦੀ ਟਾਂਡਿਆਂ ਦੀ ਕਟਾਈ ਕਰਨੀ ਆ, ਸੱਲੀ ਤੋੜ ਲੈਣੀ ਇਹਨਾਂ ਨਾਲੋਂ। ਅਤੇ ਇੱਧਰ ਵੀ ਆਪਣੇ ਆ ਦੇਖੋ ਫੇਸ ਦੇ ਬਿਲਕੁਲ ਜਮਾਂ ਹੀ ਅੱਧੇ ਕੁ ਬਸ ਨਾਲ ਦੀ ਨੰਗ ਘੁੰਮਦਾ ਹੋਵੇ ਬਸ ਇਹ, ਇਹਨਾਂ 'ਚ ਇੱਥੇ ਥੋੜ੍ਹੀ ਜਿਹੀ ਬਲੇਡ 'ਚ ਚੱਲ ਹੁੰਦੀ ਹੈ, ਥੋੜ੍ਹਾ ਜਿਹਾ ਅੱਗੇ ਪਿੱਛੇ ਕਰ ਲਵੇ ਇਹਨੂੰ ਇੱਥੋਂ ਨੱਟ ਢਿੱਲੇ ਕਰਕੇ। ਅਤੇ ਚੈਨਾਂ ਨੂੰ ਬਸ ਤੇਲ ਤੂਲ ਲਾ ਦੇਣਾ ਇਹਨਾਂ ਨੂੰ, ਇਹ ਚੈਨ ਥੋੜ੍ਹੀ ਜਿਹਾ ਢਿੱਲੀ ਨਾ ਰੱਖੇ ਜ਼ਿਆਦਾ, ਨਾ ਢਿੱਲੀ ਨਾ ਟਾਈਟ, ਜ਼ਿਆਦਾ ਢਿੱਲੀ ਵੀ ਨਹੀਂ ਜ਼ਿਆਦਾ ਟਾਈਟ ਵੀ ਨਹੀਂ, ਬਸ ਉੱਥੇ ਇੱਕ ਰੱਖੇ ਇਹਨਾਂ ਨੂੰ। ਕਈਆਂ ਦੇ ਜਿਹੜੇ ਲੱਗੇ ਹੁੰਦੇ ਨੇ ਇੱਥੇ ਰੂਲਾ ਲੱਗਿਆ ਹੁੰਦਾ ਗੋਲ ਘੁੰਮਣ ਵਾਲਾ, ਇਹ ਦੂਜੇ ਲੋਟੇ ਲੱਗੇ ਹੋਏ ਸਿਸਟਮ, ਇਹਦੇ ਆਹ ਗਲਾਈ 'ਚ ਨੇ ਬਲੇਡ। ਕਈਆਂ ਦੇ ਇੱਥੇ ਲੱਠਾ ਲੱਗਿਆ ਹੁੰਦਾ ਚੌਰਸ, ਚੌਰਸ ਲੱਠੇ ਨਾਲ ਲੱਗੇ ਹੁੰਦੇ ਨੇ ਬਲੇਡ, ਇਹ ਗੋਲ ਪਾਈਪ ਦਾ ਬਣਾਇਆ ਹੋਇਆ। ਦੇਖੋ ਸਾਰੀ ਐਵੇਂ ਜਿਵੇਂ ਹੁਣ ਇੱਥੇ ਮਾਲ ਮੂਲ ਲਿਪਟ ਜਾਂਦਾ ਬਾਈ, ਇਹਨੂੰ ਮਾਲ ਨੂੰ ਤੋੜਨਾ ਜ਼ਰੂਰੀ ਹੁੰਦਾ ਵਾ, ਇੱਥੇ ਇਹ ਮਾਲ ਦਾ ਧਿਆਨ ਰੱਖੇ ਇੱਥੇ ਲਿਪਟਣਾ ਨਹੀਂ ਚਾਹੀਦਾ ਨਾਲ, ਨਹੀਂ ਤਾਂ ਫਿਰ ਸੀਲ ਖਰਾਬ ਕਰ ਦਿੰਦਾ ਇਹ, ਗੇਅਰ ਨੂੰ ਲੀਕ ਹੋਣ ਲਾ ਦੂਗਾ। ਬਸ ਇਹ ਚੀਜ਼ਾਂ ਦਾ ਧਿਆਨ ਰੱਖੇ ਆਪਣਾ। ਆਹ ਦੇਖੋ ਜਿਵੇਂ ਮਾਲ ਲਿਪਟਿਆ ਵਾ, ਇਹਨਾਂ ਨੂੰ ਤੋੜ ਦੇਵੇ, ਅਤੇ ਆਹ ਆਪਣੇ ਖੁੱਡ ਦੀ ਐਡਜਸਟਮੈਂਟ, ਜਿੰਨੇ ਇੰਚੀ ਦੇ ਆਪਣਾ ਖੁੱਡ ਹੁੰਦਾ ਮੱਕੀ ਵਾਲਾ ਉਸ ਹਿਸਾਬ ਨਾਲ ਇਹ ਬਣਾਇਆ ਪਾਉਂਦਾ ਉਹਨਾਂ। ਇਹਦੇ ਵਿੱਚ ਦੀ ਬਸ ਟਾਂਡਾ ਜਾਂਦਾ, ਟਾਂਡੇ ਨੂੰ ਉਹ ਜਿਹੜੇ ਬਲੇਡ ਲੱਗੇ ਹੋਏ ਨੇ ਵੱਢ ਕੇ ਥੱਲੇ ਕੱਢ ਦਿੰਦਾ, ਅਤੇ ਸੱਲੀ ਟੁੱਟ ਜਾਂਦੀ ਹੈ, ਸੱਲੀ ਅੰਦਰ ਚਲੀ ਜਾਂਦੀ ਹੈ ਮਸ਼ੀਨ ਦੇ। ਇਹ ਕਟਰ ਦਾ ਇਹ ਫਾਇਦਾ, ਨਹੀਂ ਦੂਜੇ ਜਿਹੜੇ ਆਪਾਂ ਰੀਲ ਵਾਲੇ ਬਣਵਾਏ ਵੀ ਹੁੰਦੇ ਆ ਉਹਦੇ ਨਾਲ ਵਿੱਚੇ ਟਾਂਡੇ ਜਾਂਦੇ ਨੇ, ਵਿੱਚੇ ਸੱਲੀਆਂ ਤਾਂ ਜਾਣੀਆਂ ਟਾਂਡੇ ਜਾਂਦੇ ਨੇ, ਫਿਰ ਮਸ਼ੀਨ 'ਤੇ ਵੀ ਜ਼ਿਆਦਾ ਲੋਡ ਪੈਂਦਾ, ਇਹਦੇ ਨਾਲ ਇਕੱਲੀ ਸੱਲੀ ਸੱਲੀ ਅੰਦਰ ਜਾਂਦੀ ਆ, ਟਾਂਡੇ ਨੂੰ ਇਹ ਕੱਟ ਕੇ ਥੱਲੇ ਸੁੱਟ ਦਿੰਦਾ। ਜਦੋਂ ਇਹ ਰੂਲੇ ਘੁੰਮਦੇ ਨੇ ਟਾਂਡਾ ਆ ਗਿਆ, ਇਹਨੇ ਨਾਲ ਹੁੰਦੇ ਘੁੰਮਣਾ ਥੱਲੇ ਨੂੰ ਇੱਦਾਂ ਕੱਢ ਦੇਣਾ, ਬਸ ਉੱਥੇ ਜਾ ਕੇ ਸੱਲੀ ਨੇ ਟੁੱਟ ਜਾਣਾ, ਸੱਲੀ ਕੱਟੀ ਜਾਂਦੀ ਇਹਦੇ 'ਚ, ਸੱਲੀ ਅੰਦਰ, ਟਾਂਡਾ ਆਪਣਾ ਥੱਲੇ ਕੱਢ ਦਿੰਦਾ ਇਹ। ਇੱਥੋਂ ਐਂ ਗੋਲ ਗੋਲ ਘੁੰਮਦੇ ਨੇ ਜਿਹੜੇ ਆਪਣੇ ਆਹ ਰੂਲੇ ਲੱਗੇ ਹੋਏ ਨਾ, ਇਹ ਗੋਲ ਗੋਲ ਘੁੰਮਦੇ ਨੇ, ਘੁੰਮ ਕੇ ਇਹਨਾਂ ਵਿੱਚ ਦੀ ਟਾਂਡਾ ਵੱਢੀ ਜਾਂਦਾ ਬਸ ਇਹ। ਸਿਸਟਮ ਤਾਂ ਵਧੀਆ ਬਣਾਏ ਹੋਏ ਨੇ, ਆ ਸਾਰਿਆਂ 'ਚ ਇਹਨਾਂ 'ਚ ਪੰਜ ਨੰਬਰ ਵਾਇਰਿੰਗ, ਇਹ 'ਚ ਪੰਜ ਨੰਬਰ ਵਾਇਰਿੰਗ, ਬਹੁਤ ਪੰਜ ਨੰਬਰ ਵਾਇਰਿੰਗ ਸਭ ਤੋਂ ਵੱਧ ਜ਼ਿਆਦਾ ਲੱਗਦਾ ਇਹਨੂੰ। ਪਾਈਏ ਬਾਈ ਟੈਂਬਰ ਮਸ਼ੀਨ ਦਾ,
ਆਪਾਂ ਐਂ ਕਰਾਂਗੇ ਗੁਰੂ ਨੇ ਚੈਂਬਰ ਪਾ ਕੇ ਨਾ ਕੱਟ ਨੂੰ ਐਂ ਘੁਮਾ ਦਾਂਗੇ, ਘੁਮਾ ਕੇ ਸਿੱਧਾ ਕਰਕੇ ਲਾ ਦਾਂਗੇ। ਹਾਂ ਕੋਈ ਨੀ ਕੋਈ ਨੀ, ਮੀਟਰ ਤਾਂ ਦੂਆ ਇਲੈਕਟ੍ਰੋਨਿਕ ਆ ਕੇ ਦੂਆ ਤੇ ਜਵਾੜਿਆਂ ਨੂੰ ਬਾਈ ਗਰੀਸ ਲਾਉਣੀ ਜ਼ਰੂਰੀ ਆ, ਕਿਉਂ ਫਿਰ ਘਰ ਦੇ ਨਹੀਂ ਇੱਥੋਂ ਹੋ ਜਾਏ ਘਰ ਜਾਣ। ਦੇਖ ਲਾ ਉਹ ਬਾਈਕ ਰੁੜ ਗਈ ਮਾੜੀ। ਚੱਲ ਚੱਲਾਂਗੇ ਥੋੜੇ ਮੂਹਰੇ ਮੂਹਰੇ, ਗੱਲ ਨੀ ਤੂੰ ਚੱਲ 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 ਬਸ। ਹਾਂ ਇੱਥੇ ਬਸ ਬ੍ਰੇਕਾਂ ਦਾ ਬਗੈਰ ਬਦਲ ਤਾਂ ਹੀ ਲਿਆ ਇਹ ਕਿਤੇ ਉੱਤਰ ਲਾ ਉੱਧਰ ਥੋੜੀ ਲਾਇਆ ਫਿਰ ਥੋੜੀ ਦਵਾਂ ਛੱਡ ਜਾ। ਥੋੜੀ ਲਿਆਉਣਾ ਇੱਕ ਮਿੰਟ ਲੈ ਥੋੜੀ ਨਾਲ ਪਾ ਠੋਕ ਕੇ ਗੁੜਕਾ ਮਾੜਾ ਮੂਹਰੇ ਕਰਨ ਵਾਲਾ ਸੀ ਬਾ ਲੈ ਇੱਧਰ ਲਾਈ ਪਾ ਲਈਏ ਦੂਆ ਇਹਦਾ ਨਾੜਕਾ ਆਦਮੀ ਥੱਲੇ ਵਾਲਾ।
ਲਾ ਜਾ ਵੱਲ ਪਾ ਦੀ ਆਹ ਫਿਰ ਬੰਦੇ ਨੂੰ ਕਾਹਲੀ ਹੁੰਦੀ ਆ ਫੁੱਕਾ ਖੁੱਲਦੀ ਨਹੀਂ ਪਾ ਅਸੀਂ ਮੱਖੀ ਦੇ ਲਾਈ ਸੀ ਉਦੋਂ ਸਾਰੀ ਰਾਤ ਚਲਾ ਗਈ ਰਹਿ ਗਿਆ ਇਕੱਲਾ ਹੋਰ ਹੀਟਰ ਚੈਨ ਤਾਂ ਠੀਕ ਹੈ ਨਾ ਢਿੱਲੀ ਤਾਂ ਢਿੱਲੀ ਥੋੜ੍ਹੀ ਕਰਦੀ ਆ ਦੇਖਣੀ ਬੁਗੀ ਨਾਲ ਤਾਂ ਨਹੀਂ ਰੱਖੂਗੀ ਨਹੀਂ ਮੂਹਰੇ ਵੀ ਨਾਲ ਲੱਗਦੀ ਨਹੀਂ ਬਹੁਤ ਫਰਕ ਆ ਹਾਂ ਕਰਦੀ ਬਹੁਤ ਫਰਕ ਆ ਚੰਗਾ ਇੱਕ ਵਜੇ ਆਜੂਗਾ ਇੱਕ ਪੈ ਬਾਬਾ।